ਭਾਵੇਂ ਅਜੇ ਲੁਧਿਆਣਾ ਨਗਰ ਨਿਗਮ ਚੋਣਾਂ ਦੀ ਤਰੀਕ ਦਾ ਐਲਾਨ ਹੋਣਾ ਬਾਕੀ ਹੈ, ਪਰ ਆਮ ਆਦਮੀ ਪਾਰਟੀ ਵੱਲੋਂ ਹੁਣ ਤੋਂ ਹੀ ਆਪਣੀ ਪਾਰਟੀ ਦੀ ਮਜ਼ਬੂਤੀ ਦੇ ਲਈ ਜ਼ਿਲ੍ਹਾ ਕੋਰ ਕਮੇਟੀ ਅਤੇ 95 ਵਾਰਡ ਪ੍ਰਧਾਨਾਂ ਦਾ ਐਲਾਨ ਸਰਕਟ ਹਾਊਸ ਵਿਖੇ ਭਾਰੀ ਇਕੱਠ ਕਰ ਦਿੱਤਾ ਗਿਆ। 95 ਵਾਰਡਾਂ ਦੇ ਪ੍ਰਧਾਨ ਅਤੇ 31 ਮੈਂਬਰੀ ਕੋਰ ਕਮੇਟੀ ਅਤੇ 5 ਵਾਈਸ ਪ੍ਰਧਾਨ ਅਤੇ 5 ਹੀ ਜਨਰਲ ਸਕੱਤਰ ਔਰ 12 ਜੁਆਇੰਟ ਸਕੱਤਰ ਅਸੀਂ ਅਨਾਊਂਸ ਕੀਤੇ ਅੱਜ ਅਤੇ 19 ਬਲਾਕ ਦੇ ਵਾਈਸ ਪ੍ਰਧਾਨ। ਆਮ ਆਦਮੀ ਪਾਰਟੀ ਸਾਫ਼ ਸੁਥਰੀ ਛਵੀ ਵਾਲੇ ਚਿਹਰੇ ਔਰ ਪੜ੍ਹੇ ਲਿਖੇ ਜਿਹੜੇ ਇਮਾਨਦਾਰੀ ਨਾਲ ਆਪਣੇ ਦੇਸ਼ ਦੀ ਕੌਮ ਦੀ ਸੇਵਾ ਕਰਨੀ ਚਾਹੁੰਦੇ ਉਹ ਅੱਗੇ ਲੈ ਕੇ ਲੇਡੀਜ਼ ਬਿਲਕੁਲ ਲੇਡੀਜ਼ ਮਰ ਕੇ 50% ਲੇਡੀਜ਼ ਅਤੇ 50% ਲੇਡੀਜ਼ ਵੀ ਆਉਂਦੇ। ਲੁਧਿਆਣਾ ਤੋਂ ਦੀਪਕ ਪਾਂਡੇ ਦੇ ਨਾਲ ਯੋਗੇਸ਼ ਕਪੂਰ ਦੀ ਰਿਪੋਰਟ, ਚੈਨਲ 2।